ਸਾਰਿਆਂ ਨੂੰ ਦੁਬਾਰਾ ਅਸੀਂ ਕਸ਼ਟ ਦਿੱਤਾ। ਉਹਦਾ ਕਾਰਨ ਇਹ ਹੈਗਾ ਕਿ ਕਿਉਂਕਿ ਨਵੀਂ ਅਪਡੇਟਸ ਹੋਈ ਸੀ, ਕਿਉਂਕਿ ਅਸੀਂ ਅੱਜ ਪੁਲਿਸ ਰਿਮਾਂਡ 'ਤੇ ਇਹਨਾਂ ਦੋਸ਼ੀਆਂ ਨੂੰ ਲਿਆ ਸੀਗਾ ਅਤੇ ਉਹਨਾਂ ਦੀ ਦੁਬਾਰਾ ਪੁੱਛਗਿੱਛ ਤੋਂ ਇਹ ਪਾਇਆ ਗਿਆ ਹੈਗਾ ਕਿ ਇਹਨਾਂ ਦਾ ਜਿਹੜਾ ਮਨਵਿੰਦਰ ਸਿੰਘ ਅਤੇ ਦਲਵੀਰ ਸਿੰਘ ਹੈ, ਇਹਨਾਂ ਦਾ ਪ੍ਰੋਪਰ ਪਲੈਨ ਸੀ ਇਸ ਬੰਦੇ ਨੂੰ ਆਪਣੇ ਆਰੀਅਨ ਨੂੰ ਮਾਰਨ ਦਾ। ਅਤੇ ਇਹਨਾਂ ਨੇ ਪਹਿਲਾਂ ਹੀ ਉਹਨੂੰ ਪਲੈਨ ਕਰਕੇ ਕਿਸੇ ਤਰੀਕੇ ਨਾਲ ਇਸ ਬਹਾਨਾ ਲਗਾ ਕੇ ਇੱਥੇ ਦੂਜੇ 'ਚ ਲੈ ਕੇ ਆ ਗਏ ਸੀਗੇ ਭੰਗੀ ਚੋਅ ਦੇ ਵਿੱਚ। ਅਤੇ ਇਹਨਾਂ ਦੇ ਕੋਲ ਆਲਰੇਡੀ ਜਿਹੜਾ ਹੈਗਾ, ਜਿਹੜਾ ਮਨਵਿੰਦਰ ਦੇ ਕੋਲ ਜਿਹੜਾ ਹੈਗਾ ਚਾਕੂ ਸੀਗਾ, ਜਿਹੜਾ ਬਟਨ ਵਾਲਾ, ਉਹਦੇ ਨਾਲ ਹੀ ਉਹਨਾਂ ਨੇ ਕਿਸੇ ਰੰਜਿਸ਼ ਤਹਿਤ ਫਿਰ ਉਹਦੇ ਉੱਤੇ ਵਾਰ ਕਰਨੇ ਸ਼ੁਰੂ ਕਰਤੇ ਅਤੇ ਉੱਥੇ ਹੀ ਉਹਦਾ ਕਤਲ ਕਰ ਦਿੱਤਾ। ਅਤੇ ਦਲਵੀਰ ਸਿੰਘ ਨੇ ਉਹਦੇ ਪੱਥਰ ਦੇ ਨਾਲ ਉਹਦੇ ਸਿਰ ਦੇ ਵਿੱਚ ਪੱਥਰਾਂ ਦਾ ਵਾਰ ਕੀਤਾ। ਔਰ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਪ੍ਰਥਮ ਸ਼ਰਮਾ, ਉਹਨਾਂ ਨੇ ਜਦੋਂ ਇਹਨਾਂ ਦੇ ਮਰਡਰ ਹੋਣ ਤੋਂ ਬਾਅਦ, ਅਤੇ ਉਹਨੂੰ ਪ੍ਰਥਮ ਸ਼ਰਮਾ ਨੂੰ ਇਹਨਾਂ ਨੇ ਫੋਨ ਕਰਕੇ ਬੁਲਾਇਆ ਅਤੇ ਉਹਨਾਂ ਨੇ ਜਿਹੜੇ ਹੈਗੇ ਪ੍ਰਥਮ ਸ਼ਰਮਾ ਨੇ ਅਤੇ ਕਿਸੇ ਗਾਰਮੈਂਟ ਤੋਂ ਵਾਲੀ ਸ਼ੋਪ ਤੋਂ ਇੱਕ ਕੱਪੜੇ, ਨਵੇਂ ਕੱਪੜੇ ਲੈ ਕੇ ਦਿੱਤੇ ਇਹਨਾਂ ਨੂੰ। ਅਤੇ ਜਿਹੜੀ ਉਹਦੀ ਦੂਸਰੀ ਸੀਗੀ ਆਪਣੇ ਪੇਮੈਂਟ, ਉਹ ਨਵਕੀਰਤ ਸਿੰਘ ਪੋਗਲ ਨੇ ਕੀਤੀ ਸੀ। ਇਹ ਦੋਹਾਂ ਬੰਦਿਆਂ ਨੇ ਜਿਹੜਾ ਹੈਗਾ ਸਬੂਤ ਨਸ਼ਟ ਕਰਨ ਦੇ ਵਿੱਚ ਉਹਦੀ ਮਦਦ ਕੀਤੀ ਹੈਗੀ ਆ। ਜਿੱਦਾਂ ਖੂਨ ਵਾਲੇ ਕੱਪੜੇ ਜਿਹੜੇ ਲੱਤ ਪੱਤ ਸੀਗੇ, ਉਹਨੂੰ ਨਵੇਂ ਕੱਪੜੇ ਆਏ, ਉਹਨਾਂ ਦੇ ਹੱਥ ਪੈਰ ਧੁਆਏ ਅਤੇ ਤਾਂ ਜੋ ਉਹਨਾਂ ਦਾ ਪਤਾ ਨਾ ਲੱਗ ਸਕੇ। ਸੋ ਇਸ ਕਰਕੇ ਇਹਨਾਂ ਨੂੰ ਵੀ ਅਸੀਂ ਦੋਨਾਂ ਨੂੰ ਅਰੈਸਟ ਕਰ ਲਿਆ। ਨਹੀਂ ਜੀ, ਨਹੀਂ ਨਹੀਂ ਜੀ, ਨਹੀਂ ਉਹ ਇਸ ਤਰ੍ਹਾਂ ਨਹੀਂ ਹੁੰਦਾ। ਅਸੀਂ ਆਪਣੇ ਕੋਲੋਂ ਨਹੀਂ ਸੀਗਾ, ਦੋਸ਼ੀ ਨੇ ਕਿਹਾ ਸੀਗਾ। ਮੈਂ ਕਿਹਾ ਸੀ, ਸੁਣੋ, ਦੋਸ਼ੀ ਨੇ ਕਿਹਾ ਸੀ, ਅਸੀਂ ਇਹ ਕਿਹਾ ਸੀ ਵੀ ਦੋਸ਼ੀ ਇਹ ਬੋਲਦਾ ਆ, ਪਰ ਸਾਡੀ ਇੰਟੈਰੋਗੇਸ਼ਨ ਜਿਹੜੀ ਹੈ ਪੁਲਿਸ ਦੀ ਇੰਟੈਰੋਗੇਸ਼ਨ 'ਤੇ ਹੁਣ ਇਹ ਪਾਇਆ ਗਿਆ। ਨਹੀਂ, ਪੁਲਿਸ ਨੂੰ ਗੁੰਮਰਾਹ ਕੀਤਾ ਇਹ ਦੋਸ਼ੀ ਝੂਠ ਬੋਲ ਸਕਦਾ, ਦੋਸ਼ੀ ਝੂਠ ਕਰਦੇ ਹੁੰਦੇ ਹਾਂ, ਕਿਉਂਕਿ ਹੁਣ ਅਸੀਂ ਪੁਲਿਸ ਰਿਮਾਂਡ 3 ਦਿਨ ਦਾ ਲਿਆ, ਇਹਨੂੰ ਇਸੇ ਕਰਕੇ ਰਿਮਾਂਡ ਲਿਆ ਜਾਂਦਾ ਤਾਂ ਜੋ ਅਸੀਂ ਸੱਚਾਈ ਤੱਕ ਪਹੁੰਚ ਸਕੀਏ। ਅੱਛਾ ਸਰ, ਜਿਹੜੇ ਦੋਨੋਂ ਦੋਸ਼ੀ ਹੈਗੇ ਦੂਸਰੇ ਜੀ, ਉਹਨਾਂ ਦੇ ਕਿਹੜੀ ਅਫੈਂਸ ਲਾਈ ਆਪਾਂ? ਉਹ 201 ਸਬੂਤਾਂ ਨਾਲ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਕਿ ਪ੍ਰਥਮ ਸ਼ਰਮਾ ਵੱਲੋਂ ਜਿਹੜੀ ਹੈ ਸਾਰੀ ਸਾਜ਼ਿਸ਼ ਹੈ ਜਿਹੜੀ ਰਚੀ ਗਈ ਸੀ। ਜੀ, ਕੋਈ ਨਹੀਂ, ਅਜੇ ਸਾਡੇ ਕੋਲ 3 ਦਿਨ ਦਾ ਰਿਮਾਂਡ ਹੈ, ਇਸ ਤੋਂ ਬਾਅਦ ਇਹ ਜਾਂਚ ਦਾ ਵਿਸ਼ਾ ਸਾਡਾ। ਉਹ ਜਦੋਂ ਸਾਡੀ ਪ੍ਰੋਪਰ ਕੰਪਲੀਟ ਹੋ ਜਾਏਗੀ, ਅਜੇ ਸਾਡੀ ਇਨਵੈਸਟੀਗੇਸ਼ਨ ਪ੍ਰੋਪਰ ਕੰਪਲੀਟ ਨਹੀਂ ਹੋਈ ਇਸ ਮਰਡਰ ਦੀ, ਅਸੀਂ ਇਹ ਸਾਡੇ ਜਿਹੜਾ ਅਸੀਂ ਪੁਲਿਸ ਰਿਮਾਂਡ ਲਿਆ ਇਹ ਲੈ ਕੇ ਅਸੀਂ ਪ੍ਰੋਪਰ ਇਹਦੀ ਇਨਵੈਸਟੀਗੇਸ਼ਨ ਕੰਪਲੀਟ ਕਰਦੇ ਹਾਂ। ਨਸ਼ਾ ਕਰਦੇ ਸੀ, ਕਿਸ ਚੀਜ਼ ਦਾ ਨਸ਼ਾ ਕਰਦੇ ਸੀ? ਨਹੀਂ, ਇੱਦਾਂ ਦੀ ਕੋਈ ਗੱਲ ਮੇਰੇ ਨੋਟਸ ਵਿੱਚ ਨਹੀਂ ਆਈ ਹਾਲ ਤੱਕ ਦੀ, ਜੋ ਅਸੀਂ ਹੁਣ ਇੰਟਰੋਗੇਸ਼ਨ ਕੀਤਾ ਇਹਨਾਂ ਦੇ ਵਿੱਚ। ਜੀ ਜੀ ਜੀ, ਉਹਦੇ ਵਿੱਚ ਅਸੀਂ ਜੋ ਦੇਖਿਆ ਇੱਕ ਨਵਕੀਰਤ ਹੈਗਾ ਆ, ਅਤੇ ਇੱਕ ਨਵਕੀਰਤ ਸਿੰਘ ਸੀਗਾ ਹੈਗਾ, ਅਤੇ ਮਨਵਿੰਦਰ ਸਿੰਘ ਵੀ ਹੈਗਾ। ਇਹ ਹੈਗਾ ਆ ਜੀ ਫਤਿਹਗੜ੍ਹ ਚੁੰਗੀਪੁਰ। ਕਿਹੜਾ ਜੀ? ਦਲਵੀਰ ਸਿੰਘ ਕਾਟੀਆਂ ਦਾ ਹੋਵੇ। ਹਾਂਜੀ ਸਰ, ਇੱਕ ਪਰਿਵਾਰ ਨੇ ਹੋਰ ਬੜਾ ਹਰੀਨਗਰ ਸਰ, ਇੱਕ ਪਰਿਵਾਰ ਨੇ ਹੋਰ ਬੜਾ ਜਿਹੜਾ ਸੀਰੀਅਸ ਦੋਸ਼ ਲਗਾਇਆ ਕਿ ਇੱਕ SSP ਖੱਕ ਸਾਹਿਬ ਨੇ ਸ਼ਾਇਦ ਆਈ ਥਿੰਕ ਮੋਗਾ ਜਾਂ ਕਪੂਰਥਲੇ ਜਿੱਥੇ ਵੀ ਉਹਨਾਂ ਦੀ ਪੋਸਟਿੰਗ ਹੈ, ਉਹਨਾਂ ਵੱਲੋਂ ਬੜੀ ਇੰਟਰਫੇਰੈਂਸ ਕੀਤੀ ਜਾ ਰਹੀ ਹੈ ਇਸ ਕੇਸ ਵਿੱਚ। ਕੋਈ ਇਦਾਂ ਦੀ ਅਜੇ ਤੱਕ ਦਾ ਸਾਡੇ ਨਾਲ ਨਹੀਂ ਜੀ, ਨਹੀਂ ਇਸ ਤਰ੍ਹਾਂ ਦਾ। ਦੇਖੋ ਨਾ, ਜੇ ਪੋਲੀਟੀਕਲ ਪ੍ਰੈਸ਼ਰ ਹੋਵੇ ਤਾਂ ਅਸੀਂ ਗ੍ਰਿਫਤਾਰ ਨਾ ਕਰਦੇ। ਅਸੀਂ ਗ੍ਰਿਫਤਾਰੀ ਕੀਤੀ ਆ, 24 ਘੰਟੇ ਗ੍ਰਿਫਤਾਰੀ ਕੀਤੀ ਆ, ਪ੍ਰੋਪਰ ਉਹਦੀ ਇੰਟਰੋਗੇਸ਼ਨ ਕਰ ਰਹੇ ਹਾਂ, ਪ੍ਰੋਪਰ ਪੁਲਿਸ ਰਿਮਾਂਡ ਲਿਆ। ਬਿਲਕੁਲ ਕੋਈ ਬੁਲਟ ਦੀ ਚਾਬੀ ਜਿਹੜੀ ਮਿਲੀ ਸੀ ਉਹ ਪਰਿਵਾਰ ਨੇ ਵੀ ਕਿਹਾ ਬੁਲਟ ਤੇ ਕੋਈ ਅਸੀਂ ਅਸੀਂ ਜਾਂਚ ਚੱਲ ਰਹੀ ਹੈ, ਅਜੇ ਕੰਪਲੀਟ ਨਹੀਂ ਹੋਈ। ਨਹੀਂ ਅਜੇ ਕੋਈ, ਦੇਖੋ ਅਜੇ ਤਾਂ ਤੁਹਾਨੂੰ ਅਸੀਂ ਦੱਸ ਰਹੇ ਹਾਂ, ਅਜੇ ਜਾਂਚ ਸਾਡੀ ਕੰਪਲੀਟ ਨਹੀਂ ਹੋਈ।
ਸਾਨੂੰ ਅਜੇ ਪ੍ਰੋਪਰ ਜਾਂਚ ਕਰਨ ਦਿਓ ਪਲੀਜ਼। ਦੁਸ਼ਮਣੀ ਸਰ ਕਿਸ ਚੀਜ਼ ਦੀ ਸੀ ਇਹਨਾਂ ਦੀ ਕਾਲਜ ਨੂੰ? ਅਜੇ ਪ੍ਰਧਾਨੀ ਲੱਗੀ ਸੀ ਪੁਰਾਣੀ ਕੋਈ ਇਹਨਾਂ ਦੇ ਆਸ ਵਿੱਚ ਹੀ ਲੜਾਈ ਝਗੜਿਆਂ ਦੀ ਦੁਸ਼ਮਣੀ ਸੀ। ਸਰ ਜਿਸ ਤਰ੍ਹਾਂ ਇੱਕ ਗੱਲ ਕੀਤੀ ਕਿ ਪਹਿਲਾਂ ਜੇ ਡੈਥ ਹੋਈ ਆ ਉਹਨੇ ਵਾਰ ਕੀਤਾ ਉਹੀ ਨਹੀਂ ਜੀ? ਨਹੀਂ ਨਹੀਂ ਨਹੀਂ, ਇਹ ਗਲਤ ਗੱਲ ਹੈ, ਇਹ ਗਲਤ ਗੱਲ ਹੈ, ਕਿਉਂਕਿ ਦੋਸ਼ੀ ਤਾਂ ਗਲਤ ਬੋਲਦਾ ਹੀ ਹੁੰਦਾ, ਦੋਸ਼ੀ ਆਪਣੇ ਵਿਚਾਲੇ ਸੌ ਵਾਰ ਕਰੇਗਾ। ਪਰ ਜੋ ਹੁਣ ਸਾਡੀ ਜਾਂਚ ਦੀ ਜਿਹੜੀ ਤਫਤੀਸ਼ ਹੋਈ ਆ ਉਹਦੇ ਵਿੱਚ ਇਹਨਾਂ ਦਾ ਪ੍ਰੀ ਪਲੈਨ ਸੀਗਾ, ਇਹ ਆਰੀਅਨ ਨੂੰ ਮਾਰਨ ਦਾ ਇਹਨਾਂ ਲੋਕਾਂ ਦਾ ਪ੍ਰੀ ਪਲੈਨ ਸੀਗਾ, ਤਾਂ ਹੀ ਇਹਨਾਂ ਨੇ ਆਪਣੇ ਨਾਲ ਹਥਿਆਰ ਲਿਆ ਕੇ ਉਹਨੂੰ ਬਹਾਨੇ ਨਾਲ ਉਸ ਚੋਰ ਚ ਲਿਆ ਕੇ। ਨਹੀਂ 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 ਨਹੀਂ, ਇੱਦਾਂ ਨਹੀਂ ਕੋਈ ਗੱਲ। ਦੇਖੋ ਅਜੇ ਤੱਕ ਤਾਂ ਇਹੀ ਆ ਵੀ ਇਹਨਾਂ ਦੇ ਪੁਰਾਣਾ ਕੋਈ ਇਹਨਾਂ ਦੀ ਲੜਾਈ ਝਗੜੇ ਦਾ ਰੰਜਿਸ਼ ਚੱਲ ਰਹੀ ਹੈ। ਅਜੇ ਅਜੇ ਸਾਡੇ ਕੋਲ 3 ਦਿਨ ਦਾ ਰਿਮਾਂਡ ਹੈ, ਅਜੇ ਸਾਨੂੰ ਹੋਰ ਜਾਂਚ ਕਰਨ ਦਿਓ ਪਲੀਜ਼। ਸਰ ਕੋਈ ਇਦਾਂ ਦਾ ਨਹੀਂ ਕਿ ਉਹਨਾਂ ਦੇ ਫਾਦਰ ਸਾਹਿਬ ਫਰਾਂਸ ਦਾ ਕੰਮ ਕਰਦੇ ਨੇ ਪਿਛਲੇ ਬੜੇ ਲੰਬੇ ਸਮੇਂ ਤੋਂ, ਕੁਛ ਇਦਾਂ ਦੀ ਕੋਈ? ਅਜੇ ਸਾਡੀ ਜਾਂਚ ਵਿੱਚ ਕੋਈ ਇਦਾਂ ਦੀ ਚੀਜ਼ ਨਹੀਂ ਆਈ। ਫ੍ਰੀ ਲਿਮਰੀ ਹੈ ਫ੍ਰੀ ਲਿਮਰੀ ਸਰ ਜਿਹੜੀ ਪਹਿਲਾਂ ਪ੍ਰੈਸ ਕਾਨਫਰੰਸ ਹੋਈ ਉਹ ਯਾਨੀ ਕਿ ਆਰੋਪੀਆਂ ਨੇ ਇਹ ਆਰੋਪ ਦੱਸਿਆ ਸੀਗਾ, ਹੁਣ ਜਿਹੜੀ ਹੈ ਤੁਹਾਡੀ ਇਨਵੈਸਟੀ? ਬਿਲਕੁਲ, ਹੁਣ ਮੇਰੀ ਜਾਂਚ ਹੈ ਨਾ ਜੀ। ਇਹਦੇ ਵਿੱਚ ਕੋਈ ਸਰ ਇਹਨਾਂ ਦਾ ਕਿਹੜਾ ਰੀਜ਼ਨ ਹੋਇਆ ਵੀ ਪਹਿਲਾਂ ਪੁਲਿਸ 24 ਘੰਟੇ ਚੌਵਾਲੀ ਆ ਵੀ 24 ਘੰਟੇ ਬੰਦੇ ਫੜ ਲਏ, ਫਿਰ ਉਹਦੇ ਦੁਬਾਰਾ ਮੇਲ ਕਰ ਸਕਦੇ ਹਾਂ।